ਐ ਸਲਿਆ ਤੈਨੂੰ ਸੱਟਣ ਦੀ ਸੋਚ ਰਿਹਾ। ਚੰਗਾ ਹੋਇਆ ਫਸ ਗਿਆ, ਵੈਸੇ ਤੂੰ ਏਦਾਂ ਹੀ ਹੋਣੀ ਚਾਹੀਦੀ ਸੀ ਤੇਰੇ ਨਾਲ। ਦਿਖਾਤੀ ਨਾ ਆਪਣੀ ਔਕਾਤ। ਔਕਾਤ ਤੇ ਤੇਰੇ ਪਿਓ ਨੇ ਵਿਖਾਈ, ਗੈਰਤ ਹੀ ਹੈ ਨੀ ਉਹਦੇ ਚ। ਮੈਂ ਰੱਜ ਕੇ ਜ਼ਲੀਲ ਕੀਤਾ, ਉਹਨੇ ਮਾਸਾ ਨਹੀਂ ਫੀਲ ਕੀਤਾ। ਕਿਆ ਮੇਰੀ ਜ਼ਿੰਦਗੀ ਖਰਾਬ ਕੀ ਹੈ। ਅੱਛਾ, ਦੇਸੀ ਦਾਰੂ ਮੈਂ ਨਹੀਂ ਪੀਣੀ, ਸੌਫੀਆ ਮੈਂ ਨਹੀਂ ਪੀਣੀ, ਸੰਤਰਾ ਮੈਂ ਨਹੀਂ ਪੀਣੀ, ਮੈਕੜਾਵ ਆਹ ਪੀਣੀ, ਉਹ ਮੈਂ ਨਹੀਂ ਪਿਉਣੀ। ਸਮਾਈਲ ਕਰੋ ਨਾ। ਕਿਉਂ? ਪਲੀਜ਼ ਕਰੋ ਨਾ ਇੱਕ ਵਾਰ। ਯੇ ਲੋ, ਅਬ ਬਤਾਓ ਕਿਉਂ? ਬਹੁਤ ਟੈਨਸ਼ਨ ਮੇਂ ਥਾ, ਦੋ ਮਿਨਟ ਸਕੂਨ ਕੇ ਚਾਹੀਏ ਥੇ। ਉਜੱਡਾ ਜੱਟੀ ਦਾ ਕਰਾਸ਼ੀ। ਮੈਂ ਕਿਊਟ ਪੈਦਾ ਹੋਈ ਥੀ, ਔਰ ਤੁਮ? ਮੈਂ ਨੰਗਾ। ਮੁਝੇ ਕਿਉਂ ਐਸਾ ਲੱਗਤਾ ਹੈ ਤੁਮ ਮੁਝਸੇ ਪਿਆਰ ਨਹੀਂ ਕਰਤੀ? ਕਿਉਂਕਿ ਨਹੀਂ ਕਰਤੀ। ਔਰ ਮੁਝਸੇ ਸ਼ਾਦੀ ਨਹੀਂ ਕਰਨਾ ਚਾਹਤੀ? ਰਾਈਟ, ਨਹੀਂ ਕਰਨਾ ਚਾਹਤੀ। ਏ, ਇਸ ਬਾਰ ਗੜਬੜ ਕੀ ਨਾ, ਤੋ ਹਾਥ ਪਕੜ ਕੇ ਮੰਡਪ ਤੋਂ ਲੈ ਜਾਊਂ। ਆਪਕੋ ਲੜਕੀਓਂ ਸੇ ਬਾਤ ਕਰਨੇ ਕੀ ਤਮੀਜ਼ ਨਹੀਂ ਹੈ ਨਾ? ਨਹੀਂ, ਲੜਕੀਓਂ ਕੇ ਸਾਥ ਤਮੀਜ਼ ਸੇ ਬਾਤ ਕਰੋ ਨਾ, ਵੋ ਸੈੱਟ ਹੋ ਜਾਤੀ, ਫਿਰ ਸ਼ਾਦੀ ਕਰਨੀ ਪੜਦੀ ਹੈ। ਓ ਫਿਰ ਮੈਂ ਇਤਨੀ ਸੀ ਉਮਰ ਮੇਂ ਬਾਪ ਨਹੀਂ ਬਣ ਸਕਤਾ। ਅਰੇ ਬਾਪ ਬਾਤ ਨਹੀਂ ਬਣਨਾ, ਬਾਪ ਬਾਤ। ਤੂੰ ਪਲੀਜ਼ ਕਿਸੀ ਔਰ ਲੜਕੀ ਕੋ ਪਕੜ ਲੇਨਾ। ਤੇਰੇ ਜੈਸੀ ਨਹੀਂ ਮਿਲੇਗੀ ਨਾ। ਮਿਲੇਗੀ ਨਾ, ਕਿਤਨੀ ਸਾਰੀ ਲੜਕੀ ਹੈ ਦੁਨੀਆ ਮੇਂ, ਟ੍ਰਾਈ ਤੋ ਕਰ। ਤੋ ਵੋਹੀ ਤੋ ਕਰ ਰਹਾ ਹੂੰ, ਪਰ ਨਹੀਂ ਮਿਲੇਗੀ। ਤੁਮਾਰਾ ਕੋਈ ਬੁਆਏਫ੍ਰੈਂਡ ਹੈ? ਯੈਸ। ਮਤਲਬ ਤੁਮ ਸਿੰਗਲ ਹੋ? ਓਕੇ ਦੈਨ, ਆਈ ਲਵ ਯੂ। ਕੌਣ ਹੈ ਵੋ ਲੜਕੀ? ਕੌਣ ਲੜਕੀ? ਜੋ ਚਿਪਕੀ ਹੋਈ ਥੀ। ਅੱਛਾ, ਦੇਖ ਲਿਆ। ਬਹੁਤ ਖੂਬਸੂਰਤ ਹੈ। ਸੱਚ ਮੇਂ ਖੂਬਸੂਰਤ ਹੈ? ਤੁਮਨੇ ਨਹੀਂ ਦੇਖਾ ਕਿਆ? ਬਿਲਕੁਲ ਨਹੀਂ ਦੇਖਾ, ਤੁਮਾਰੀ ਕਸਮ। ਵਾਹ 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 ਵਾਹ, ਕਿਆ ਐਕਟਿੰਗ ਕਰ ਰਹੇ ਹੋ, ਕਿਆ ਲਗਤੀ ਹੈ ਵੋ ਤੁਮਾਰੀ?